ਤੁਹਾਨੂੰ ਸਕਰੀਨ 'ਤੇ ਦਿਖਾਈ ਦੇਣ ਵਾਲੀਆਂ ਇਹ ਵਸਤੂਆਂ ਕਿਸੇ ਸ਼ੀਸ਼ ਮਹਿਲ ਜਾਂ ਕਿਸੇ ਅਜਾਇਬ ਘਰ 'ਚ ਵੀ ਦੇਖਣ ਨੂੰ ਨਹੀਂ ਮਿਲਣਗੀਆਂ। ਪਰ ਜੇਕਰ ਤੁਸੀਂ ਸੰਗਰੂਰ ਦੇ ਪਿੰਡ ਇਲਵਾਲ ਜਾ ਕੇ ਪੰਡਤਾਂ ਦੀ ਹਵੇਲੀ ਦੇਖੋ ਤਾਂ ਇਹ ਸਾਰੀਆਂ ਪੁਰਾਤਨ ਚੀਜ਼ਾਂ ਤੁਹਾਨੂੰ ਇੱਕੋ ਛੱਤ ਹੇਠ ਮਿਲ ਸਕਦੀਆਂ ਨੇ। ਹਵੇਲੀ 'ਚ ਖਾਸ ਕਰਕੇ ਉਹ ਕੈਮਰੇ ਜਿਨ੍ਹਾਂ ਨਾਲ ਕਦੇ ਰਾਜੇ ਮਹਾਰਾਜੇ ਅਤੇ ਸਾਡੇ ਦਾਦੇ ਪੜਦਾਦੇ ਫੋਟੋਆਂ ਖਿਚਵਾਉਂਦੇ ਹੋਣਗੇ, ਉਹ ਵੀ ਖਾਸ ਕਰਕੇ ਇਸ ਹਵੇਲੀ ਦਾ ਸ਼ਿੰਗਾਰ ਬਣੇ ਹੋਏ ਨੇ। ਜੋ ਇੱਕ ਵਾਰ ਇਸ ਹਵੇਲੀ ਆ ਜਾਂਦਾ ਤਾਂ ਉਸ ਨੂੰ ਐਵੇਂ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਹ ਲਗਭਗ ਇੱਕ ਸਦੀ ਪਿੱਛੇ ਚਲਾ ਗਿਆ। ਇਸ ਹਵੇਲੀ 'ਚ ਸ਼ਟਰ ਵਾਲੇ ਟੈਲੀਵਿਜ਼ਨ ਤੋਂ ਲੈ ਕੇ ਗ੍ਰਾਮੋਫੋਨ ਅਤੇ ਪੁਰਾਤਨ ਵਸਤੂਆਂ ਦਾ ਅਥਾਹ ਭੰਡਾਰ ਹੈ। ਜ਼ਰਾ ਤੁਸੀਂ ਵੀ ਦੇਖੋ ਇਹ ਸਾਰੀਆਂ ਤਸਵੀਰਾਂ ਅਤੇ ਖੋ ਜਾਓ ਪੁਰਾਣੇ ਵੇਲੇ ਦੀਆਂ ਯਾਦਾਂ 'ਚ। Thank you.
ਹੁਣ ਸੁਣੋ ਇਸ ਪੁਰਾਤਨ ਵਸਤੂਆਂ ਨੂੰ ਸੰਭਾਲ ਕੇ ਰੱਖਣ ਵਾਲੇ ਪ੍ਰੇਮ ਸ਼ਰਮਾ ਦੇ ਮੂੰਹੋਂ ਉਸ ਨੂੰ ਇਹ ਸ਼ੌਕ ਕਿਵੇਂ ਜਾਗਿਆ। ਮੈਂ ਕਰੀਬ 10 ਸਾਲ ਤੋਂ ਬਾਹਰ ਅੰਦਰ ਬਾਹਰ ਜਾ ਕੇ ਕਲੈਕਸ਼ਨ ਕਰ ਰਿਹਾ ਸਮਾਨ, ਅਤੇ ਬਾਕੀ ਦੇ ਮੇਰੇ ਕੋਲ ਪੁਰਾਣੇ ਰਿਆਸਤੀ ਬੱਟੇ, ਮੁਗਲ ਸਾਮਰਾਜ ਦੇ ਸਮੇਂ ਦੇ ਪੁਰਾਣੀਆਂ ਸੁਰਮੇਦਾਨੀਆਂ, ਪੁਰਾਣਾ ਮਿੰਟ ਕੈਮਰਾ, ਅਤੇ ਪੁਰਾਣੇ ਬਹੁਤ ਸਮਾਨ ਆ ਪੁਰਾਣੇ, ਅਤੇ ਪੁਰਾਣੀ ਪ੍ਰਿੰਟਿੰਗ ਪ੍ਰੈਸ, ਬਾਕੀ ਦੇ ਕੋਈ ਮੈਨੂੰ ਪੁਰਾਣੇ ਪੰਪ ਅਤੇ ਪੁਰਾਣੇ ਕੁੱਤੇ ਪੰਪ, ਬਹੁਤ ਜ਼ਿਆਦਾ ਚੀਜ਼ਾਂ ਨੇ ਜੋ ਕਿ ਮੈਂ ਤੁਹਾਨੂੰ ਥੋੜ੍ਹੇ ਸਮੇਂ ਦੇ ਵਿੱਚ ਮੈਂ ਦੱਸ ਵੀ ਨਹੀਂ ਸਕਦਾ। ਸਰ ਇਹ ਜਨੂੰਨ ਸੀ, ਜਿਹੜਾ ਜਨੂੰਨ ਹੋਵੇ ਜੋ ਉਹ ਮੈਂ ਜਨੂੰਨ ਕਰਕੇ ਇੱਥੇ ਪਹੁੰਚਿਆ। ਬਹੁਤ ਜ਼ਿਆਦਾ ਮੈਂ ਦਿਨ ਰਾਤ ਮਿਹਨਤ ਕਰ ਰਿਹਾ, ਅੱਜ ਵੀ ਕਰ ਰਿਹਾ, ਅਤੇ ਇਸ ਨੂੰ ਮੈਂ ਵੀ ਕਿਸ ਮੁਕਾਮ 'ਤੇ ਪਹੁੰਚਾ ਸਕਾਂ, ਪਹੁੰਚਾਊਂਗਾ। ਸਮਾਨ ਬਾਹਰ ਅੰਦਰ ਜਾਂਦੇ ਹਾਂ ਜੀ, ਸਾਡਾ ਵੀ ਇੱਕ ਵਿਰਾਸਤਾ ਵਿਰਸਾ, ਸੰਗਰੂਰ ਵੀ ਐਗਜੀਬਿਸ਼ਨ ਹਰ ਮਹੀਨੇ ਲੱਗਦੀ ਆ, ਪਟਿਆਲੇ ਵੀ ਲੱਗਦੀ ਆ, ਜਲੰਧਰ ਵੀ ਲੱਗਦੀ ਆ, ਲੁਧਿਆਣੇ ਵੀ ਲੱਗਦੀ, ਅੰਮ੍ਰਿਤਸਰ ਵੀ ਲੱਗਦੀ ਆ, ਬਾਹਰਲੀਆਂ ਸਟੇਟਾਂ ਦੇ ਵਿੱਚ ਜਾਂਦੀ ਆ। ਬਕਾਇਦਾ ਸਾਡਾ ਇੱਕ ਬਹੁਤ ਵੱਡਾ ਕਬੀਲਾ, ਅਸੀਂ ਸਮਾਨ ਕਿਸ ਤੋਂ ਲੈ ਲੈਂਦੇ ਹਾਂ, ਕਿਸੇ ਨੂੰ ਦੇ ਦਿੰਦੇ ਹਾਂ। ਸਿੱਕੇ ਵੀ ਬਹੁਤ ਜ਼ਿਆਦਾ ਪੁਰਾਣੀ ਕਲੈਕਸ਼ਨ ਇਕੱਠੀ, ਅਤੇ ਪੁਰਾਣੇ ਮੇਰੇ ਕੋਲ ਪੁਰਾਣੇ ਸੈਂਟ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਤਾਂ ਲੋਕ ਸੈਂਟ ਕਹਿੰਦੇ ਨੇ, ਅੱਗੇ ਲੋਕ ਰਾਜੇ ਮਹਾਰਾਜੇ ਆਤਰ ਵਰਤਦੇ ਸੀ। ਟੈਲੀਫੋਨ ਵੀ ਦੇਖ ਰਿਹਾ? ਹਾਂ, ਟੈਲੀਫੋਨ ਮੇਰੇ ਕੋਲ ਵਰਕਿੰਗ ਹਾਲਤ ਦੇ ਵਿੱਚ ਘੱਟੋ ਘੱਟ 18 ਦੇ ਕਰੀਬ ਮੇਰੇ ਕੋਲ ਅੱਜ ਵਰਕਿੰਗ ਹਾਲਤ 'ਚ ਨੇ। BSNL ਦਾ ਕਨੈਕਸ਼ਨ ਲੱਗਿਆ ਹੋਇਆ, ਬਕਾਇਦਾ ਸਾਰੇ ਵਰਕਿੰਗ ਹਾਲਤ 'ਚ ਟੈਲੀਫੋਨ। ਕਹਿੰਦੇ ਨੇ ਸਮਾਂ ਬੜਾ ਹੀ ਬਲਵਾਨ ਹੁੰਦਾ ਹੈ। ਜੋ ਚੀਜ਼ਾਂ ਹੁਣ ਇਸ ਵੇਲੇ ਇਸ ਹਵੇਲੀ ਦੀ ਸ਼ਾਨ ਵਧਾ ਰਹੀਆਂ ਨੇ, ਕਿਸੇ ਵੇਲੇ ਜਦੋਂ ਇਹ ਵਸਤੂਆਂ ਕਿਸੇ ਦੇ ਘਰ ਨਵੀਆਂ ਨਵੀਆਂ ਆਈਆਂ ਹੋਣਗੀਆਂ, ਤਾਂ ਉਸ ਵੇਲੇ ਦੀ ਰੌਣਕ ਅਤੇ ਖੁਸ਼ੀ ਯਾਦ ਕਰਕੇ ਮੂੰਹ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਜਾਂਦੀ ਹੈ। ਹਕੀਕਤ TV ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।